ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਾਰੇ ਸੁਣਦੇ ਹਾਂ। ਹਾਲ ਹੀ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਮੋਹਾਲੀ ਤੋਂ, ਜਿੱਥੋਂ ਇੱਕ ਨੌਜਵਾਨ ਕੋਲੋਂ ਮੋਬਾਈਲ ਖੋਹ ਲੈਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ ਰਸਤੇ 'ਚ ਜਾ ਰਹੇ ਇੱਕ ਨੌਜਵਾਨ ਦੇ ਹੱਥ ਵਿੱਚੋਂ ਦੋ ਮੋਟਰਸਾਈਕਲ ਸਵਾਰ ਚੋਰਾਂ ਨੇ ਮੋਬਾਈਲ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਅਤੇ ਲਖਵਿੰਦਰ ਸਿੰਘ ਨਾਮ ਦੇ ਨੌਜਵਾਨਾਂ ਨੇ ਦੱਸਿਆ ਕਿ ਕੱਲ ਮਿਨੀ ਸੈਕਟਰੇਟ ਦੇ ਬਾਹਰ ਸਤਵਿੰਦਰ ਸਿੰਘ ਆਪਣੇ ਫੋਨ ਤੋਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਤੇਜ਼ ਰਫਤਾਰ ਨਾਲ ਆਏ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਮੋਬਾਈਲ ਦੇ ਕਵਰ ਪਿੱਛੇ ਮੈਕਸੀਕੋ ਕੰਟਰੀ ਦੀ ਕਰੰਸੀ ਦਾ 500 ਦਾ ਨੋਟ ਰੱਖਿਆ ਹੋਇਆ ਸੀ, ਜਿਸ ਤੋਂ ਬਾਅਦ ਅੱਜ ਮਨੀ ਟ੍ਰਾਂਸਫਰ ਦੁਕਾਨਦਾਰਾਂ ਨੂੰ ਇਸ ਸੰਬੰਧੀ ਪਹਿਲਾਂ ਤੋਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ। ਅੱਜ ਇੱਕ ਮਨੀ ਟ੍ਰਾਂਸਫਰ ਦੁਕਾਨਦਾਰ ਮਾਲਕ ਰੋਹਿਤ ਕੁਮਾਰ ਕੋਲ ਜਦੋਂ ਚੋਰ ਆਏ ਤਾਂ ਉਹਨਾਂ ਨੌਜਵਾਨਾਂ ਨੂੰ ਮੌਕੇ ਤੇ ਦਬੋਚ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਪੀੜਿਤ ਨੌਜਵਾਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਚੋਰ ਗਿਰੋਹ ਦੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ। ਲਖਵਿੰਦਰ ਸਿੰਘ, ਮੋਬਾਈਲ ਤੋਂ ਹੁਣ ਤੁਹਾਨੂੰ ਸਾਰੀ ਸਟੋਰੀ ਦੱਸੀ ਹੈ। ਜਿਹੜਾ ਮੁੰਡਾ ਮੇਨ ਫੜਿਆ ਪਹਿਲਾਂ ਦੋ ਵਾਰ ਅੰਦਰ ਜਾ ਚੁੱਕਾ ਹੈ, ਪੁਲਿਸ ਵਾਲੇ ਨੇ ਪਛਾਣ ਲਿਆ, ਕਹਿੰਦਾ ਵੀ ਹਾਂ ਪਹਿਲਾਂ ਦੋ ਵਾਰ ਅੰਦਰ ਜਾ ਚੁੱਕਾ ਹੈ, ਹੁਣ ਨਾਲ ਦੋ ਮੁੰਡੇ ਹੋਰ ਆ, ਕੋਲ ਤਾਂ ਐਡੀ ਲੰਮੀ ਕਰਚ ਦੋਨੇ ਪਾਸੇ ਤਿੱਖੀ ਆ ਕਰਕੇ ਜਿਹੜੀ ਨਿਕਲੀ ਹੈ। ਇਹ ਜਿਹੜਾ ਮੇਨ ਮੁੰਡਾ ਜੰਡੋਲੀ ਦਾ, ਦੂਸਰਾ ਆਪਣੇ ਗੁਰਦੁਆਰਾ ਮਤੀਦਾਸ ਕਲੋਨੀ ਦਾ, ਅਤੇ ਦੋ ਮਤੀਦਾਸ ਕਲੋਨੀ ਦੇ ਨੇ ਅਤੇ ਇੱਕ ਚੌਥਾ ਫਰਾਰ ਹੋ ਗਿਆ। ਬੈਕਗਰਾਊਂਡ ਤੁਹਾਨੂੰ ਦੱਸ ਰਿਹਾ, ਦੋ ਵਾਰ ਅੰਦਰ ਰਹਿ ਚੁੱਕਾ ਤਾਂ ਬੈਕਗਰਾਊਂਡ ਕੀ ਹੋਏਗੀ? ਹਾਂਜੀ ਨਹੀਂ, ਜਿਹੜਾ ਦੂਸਰਾ ਮੁੰਡਾ ਉਹਦਾ ਡੈਡੀ ਪੁਲਿਸ 'ਚ ਹੈ, ਉਹ ਕਹਿ ਰਿਹਾ ਕਿ ਮੇਰੇ ਫਾਦਰ ਸਾਹਿਬ ਪੁਲਿਸ 'ਚ ਹੈ। ਨਹੀਂ ਉਹ ਮਤਲਬ ਤਿੰਨੇ ਇਕੱਠੇ ਆ ਨਾ, ਉਹਨਾਂ 'ਚੋਂ ਇੱਕ ਦਾ ਬੇਟਾ ਕਹਿ ਰਿਹਾ ਕਿ ਮੇਰਾ ਫਾਦਰ ਸਾਹਿਬ ਪੁਲਿਸ 'ਚ ਹੈ, ਅਤੇ ਦੂਸਰਾ ਤਾਂ ਆ ਹੀ ਗਏ ਆ ਜਿਹੜੇ ਖੜੇ ਆ, ਤੀਸਰਾ ਵੀ ਉੱਥੋਂ ਮਤਲਬ ਉਹਨਾਂ ਦਾ ਹੀ ਹੈ, ਮੈਂ ਗੁਰਦੁਆਰਾ ਮਤੀ ਦੱਸਦਾ ਜੀ। ਮੇਰਾ ਨਾਮ ਜਗਦੀਪ ਸਿੰਘ ਹੈ ਜੀ। ਰਾਤ ਸਾਡਾ ਆਪਣਾ ਸਤਵਿੰਦਰ ਸਿੰਘ ਹੈ ਇਹ ਮੁੰਡਾ, ਇਹ ਕਚਹਿਰੀ ਦੇ ਬਾਹਰ ਸਾਡੀਆਂ ਦੁਕਾਨਾਂ ਦੇ ਬਾਹਰ ਖੜ੍ਹ ਕੇ ਨਾ ਆਪਣੇ ਫੋਨ 'ਤੇ ਗੱਲ ਕਰ ਰਿਹਾ ਸੀਗਾ, ਅਤੇ ਗੱਲ ਕਰਦਿਆਂ ਇੱਕ ਮੋਟਰਸਾਈਕਲ 'ਤੇ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਦਾ ਮੁੰਡਾ ਆਇਆ, ਉਹਨੇ ਆ ਕੇ ਝਪੱਟਾ ਮਾਰ ਕੇ ਇਹਦਾ ਫੋਨ ਖੋਹ ਲਿਆ, ਫੋਨ ਖੋਹ ਕੇ ਉਹ ਲੈ ਗਿਆ। ਅਸੀਂ ਉਹਦਾ ਪਿੱਛਾ ਵੀ ਕਰਿਆ ਮਾੜਾ ਮੋਟਾ ਜਿੰਨਾ ਕੁ ਅਸੀਂ ਕਰ ਸਕਦੇ ਸੀ, ਪਰ ਸਾਡੇ ਉਹ ਕਾਬੂ ਨਹੀਂ ਆਇਆ। ਫੋਨ ਦਾ ਜਿਹੜਾ ਪਿੱਛੇ ਕਵਰ ਸੀਗਾ, ਕਵਰ ਦੇ ਪਿੱਛੇ ਇੱਕ ਮੈਕਸੀਕੋ ਦਾ 500 ਦਾ ਨੋਟ ਪਾਇਆ ਹੋਇਆ, ਮੈਕਸੀਕੋ ਕੰਟਰੀ ਦਾ, ਠੀਕ ਹੈ ਜੀ। ਔਰ ਸਾਨੂੰ ਪਤਾ ਸੀ ਵੀ ਬੰਦਾ ਕਿਤੇ ਨਾ ਕਿਤੇ ਚੇਂਜ ਕਰਾਉਣ ਵਾਸਤੇ ਜ਼ਰੂਰ ਜਾਊਗਾ ਇਹ ਨੋਟ। ਅਸੀਂ ਜਿੰਨੇ ਵੀ ਮਨੀ ਚੇਂਜਰ ਹੈ ਰਾਜਪੁਰੇ ਦੇ ਵਿੱਚ ਸਾਰਿਆਂ ਨੂੰ ਫੋਨ ਕਰਤਾ ਵੀ ਜੇਕਰ ਤੁਹਾਡੇ ਕੋਲ ਕੋਈ ਵੀ ਬੰਦਾ ਆਉਂਦਾ ਚੇਂਜ ਕਰਾਉਣ ਵਾਸਤੇ ਤਾਂ ਪਲੀਜ਼ ਸਾਨੂੰ ਦੱਸਿਓ। ਉਹ ਬੰਦਾ ਹਜੇ ਰਾਤ ਦੀ ਗੱਲ ਹੈ, ਅੱਜ ਹੀ ਬੰਦਾ ਚੇਂਜ ਕਰਾਉਣ ਵਾਸਤੇ ਸਾਡੇ ਮਿੱਤਰ ਨੇ ਨਾਗਪਾਲ ਇੰਟਰਪ੍ਰਾਈਜ਼ ਤੋਂ, ਰੋਹਿਤ ਨਾਗਪਾਲ ਜੀ, ਇਹਨਾਂ ਦੀ ਦੁਕਾਨ 'ਤੇ ਚੇਂਜ ਕਰਨ ਵਾਸਤੇ ਚਲਾ ਗਿਆ। ਇਹਨਾਂ ਨੇ ਸਾਨੂੰ ਫੋਨ ਕਰਤਾ ਵੀ ਬੰਦਾ ਚੇਂਜ ਕਰਨ ਵਾਸਤੇ 500 ਦਾ ਨੋਟ ਆਇਆ, ਤੁਸੀਂ ਆ ਕੇ ਪਛਾਣ ਕਰ ਲਓ ਵੀ ਉਹੀ ਬੰਦਾ ਤਾਂ ਨਹੀਂ, ਠੀਕ ਹੈ ਜੀ। ਅਸੀਂ ਗਏ, ਬੰਦਾ ਉਹੀ ਨਿਕਲਿਆ, ਜਦੋਂ ਉਹਦੇ ਤੋਂ ਪੁੱਛਗਿੱਛ ਕਰੀ ਹੈ, ਠੀਕ ਹੈ, ਫੋਨ ਵੀ ਸਾਡਾ ਉਹਨੇ ਦੇ ਤਾ, ਫੋਨ ਵੀ ਸਾਡਾ ਹੁਣ ਥਾਣੇ ਹੈ, ਫੋਨ ਆ ਗਿਆ ਸਾਡਾ, ਅਤੇ ਹੋਰ ਵੀ ਇਹਨਾਂ ਕੋਲੋਂ ਕਿਰਚਾਂ ਜੇ ਉਹ ਚਾਕੂ ਨਿਕਲਿਆ, ਤਿੰਨ ਬੰਦੇ ਕਾਬੂ ਕਰੇ ਹੈ, ਇੱਕ ਬੰਦਾ ਭੱਜ ਗਿਆ। ਕੀ ਲੱਗਦਾ ਹੈ ਕੀ ਕਾਰਨ ਹੈ, ਕਿਉਂਕਿ ਪੁਲਿਸ ਕਿਤੇ ਨਾ ਕਿਤੇ ਢਿੱਲੇ ਗੁਜ਼ਾਰੀ ਹੈਗੀ ਹੈ ਪੁਲਿਸ ਦੀ? ਦੇਖੋ ਭਾਜੀ, ਇਹ ਤਾਂ ਹੁਣ ਪ੍ਰਸ਼ਾਸਨ ਦਾ ਇਹਨਾਂ ਦਾ ਆਪਣਾ ਕੰਮ ਹੈ, ਇਹਨਾਂ ਨੂੰ ਚਾਹੀਦਾ ਸ਼ਹਿਰ ਦੇ ਵਿੱਚ ਸਖਤੀ ਕਰਨੀ, ਸਖਤਾਈ ਕਰਨੀ, ਕਿਉਂਕਿ ਦਿਨ ਦਿਹਾੜੇ ਇੱਦਾਂ ਜੇ ਲੁੱਟਾਂ ਹੋਣ ਲੱਗ ਗਈਆਂ ਤਾਂ ਫਿਰ ਆਮ ਬੰਦਾ ਕਿੱਦਾਂ ਸਰਵਾਈਵ ਕਰੂਗਾ? ਅਸੀਂ ਸਰ ਕੰਪਲੇਂਟ ਕਸਤੂਰਬਾ ਕਰੀ ਹੋਈ ਸੀ, ਉਦੋਂ ਬਾਅਦ ਆਪਣਾ ਸਿਟੀ ਥਾਣੇ ਤੋਂ ਪੁਲਿਸ ਗਈ ਹੈ, ਇਹ ਉੱਥੋਂ ਬੰਦਿਆਂ ਨੂੰ ਲੈ ਆਏ ਹੈ, ਇਹਨਾਂ ਨੇ ਲਿਆ ਕੇ ਹੁਣ ਸਿਟੀ ਥਾਣੇ ਬਿਠਾਇਆ ਹੋਇਆ, ਹੁਣ ਇਹਨਾਂ ਨੇ ਕਸਤੂਰਬਾ ਚੌਂਕੀ ਫੋਨ ਮਾਰਿਆ ਜਿੱਥੇ ਅਸੀਂ ਆਪਣਾ ਕੰਪਲੇਂਟ ਦਰਜ ਕਰਾਈ ਹੋਈ ਸੀ, ਉਹਨਾਂ ਨੂੰ ਫੋਨ ਕਰਿਆ ਹੋਇਆ, ਉਹ ਆ ਰਹੇ ਹੈ, ਆ ਕੇ ਉਹ ਕਹਿੰਦੇ ਅਸੀਂ ਲੈ ਕੇ ਜਾਂਦੇ ਹਾਂ ਬੰਦਾ, ਠੀਕ ਹੈ ਜੀ। ਔਰ ਅਸੀਂ ਇਹੀ ਕਹਿੰਦੇ ਹਾਂ ਵੀ ਇਹਨਾਂ ਬੰਦਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇੱਦਾਂ ਦੇ ਨੇ ਤਾਂ ਜੇ ਖੁੱਲ੍ਹੇ ਛੱਡਤੇ ਤਾਂ ਕੱਲ੍ਹ ਨੂੰ ਇਹ ਹੋਰ ਵੀ ਨੁਕਸਾਨ ਕਰ ਸਕਦੇ ਆ। ਰੋਹਿਤ ਹੈ ਜੀ, ਇਹ ਦੋਸਤ ਨੇ ਮੇਰੇ, ਇਹਨਾਂ ਦਾ ਮੈਨੂੰ ਸਵੇਰੇ ਫੋਨ ਆਇਆ ਸੀਗਾ ਵੀ ਇਸ ਤਰ੍ਹਾਂ ਮੇਰਾ ਕੋਈ ਦੋਸਤ ਹੈ, ਉਹਨਾਂ ਦਾ ਰਾਤੀ ਕੋਈ ਫੋਨ ਖੋ ਕੇ ਲੈ ਗਿਆ, ਅਤੇ ਉਹਦੇ ਪਿੱਛੇ ਵੀ 500 ਦਾ ਨੋਟ ਹੈ ਇੱਕ ਮੈਕਸੀਕੋ ਦੀ ਕਰੰਸੀ ਦਾ, ਜੇ ਕੋਈ ਤੁਹਾਡੇ ਤੋਂ ਚੇਂਜ ਕਰਨਾ ਤਾਂ ਸਾਨੂੰ ਇਨਫੋਰਮ ਕਰ ਦਿਓ। ਉਹ ਅੱਜ ਦੁਪਹਿਰੇ ਕੋਈ 2 ਵਜੇ ਆਏ ਸਾਡੇ ਕੋਲ ਨੋਟ ਚੇਂਜ ਕਰਨ, ਕੋਈ ਜਿਹੜੀ ਕਰੰਸੀ ਆਮ ਨੋਰਮਲ ਨਹੀਂ ਮਾਰਕੀਟ 'ਚ ਜਾਂਦੀ, ਕਿਸੇ ਕੋਲ ਹੀ ਹੁੰਦੀ ਹੈ, ਅਤੇ ਫਿਰ ਮੈਂ ਭਾਜੀ ਨੂੰ ਫੋਨ ਕਰਿਆ, ਆਏ ਤਾਂ ਇਹਨਾਂ ਨੇ ਬੰਦਾ ਪਛਾਣ ਲਿਆ, ਉਸ ਤੋਂ ਬਾਅਦ ਇਹਨਾਂ ਨੇ ਫੜ ਲਿਆ, ਫਿਰ ਇਹ ਕਾਰਵਾਈ ਕਰਾ ਰਹੇ ਆਪਣੀ, ਦੁਪਹਿਰੇ 2 ਵਜੇ ਦੀ ਗੱਲ ਹੈ। ਕੀ ਲੱਗਦਾ ਹੈ ਕੀ ਇਸ ਤਰ੍ਹਾਂ ਦੀ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੱਲ ਲੱਗਦਾ? ਸਰ ਪੁਲਿਸ ਨੂੰ ਹੁਣ ਬੰਦਾ ਫੜ ਕੇ ਦੇਤਾ, ਦੇਖੋ ਜਿਹਨਾਂ ਦਾ ਫੋਨ ਖੋਇਆ ਗਿਆ, ਚਲੋ ਉਹਨਾਂ ਨੇ ਜੋ ਵੀ ਆਪਣੇ ਸਿਸਟਮ ਨਾਲ ਬੰਦਾ ਫੜ ਕੇ ਦੇਤਾ, ਹੁਣ ਪੁਲਿਸ ਦੀ ਡਿਊਟੀ ਹੈ ਕਿ ਉਹਨਾਂ 'ਤੇ ਕਾਰਵਾਈ ਕਰੇ, ਉਹਨਾਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਦੇ ਘਰ ਦੇ ਆਏ ਹੋਏ ਹੈ, ਬਲਕਿ ਪੁਲਿਸ ਖੁਦ ਮੰਨ ਰਹੀ ਹੈ ਕਿ ਪਹਿਲਾਂ ਜਿਹੜਾ ਇਹ ਮੁੰਡਾ ਮੇਨ ਜਿਹੜਾ ਫੜਿਆ ਗਿਆ, ਜਿਹਨੇ ਫੋਨ ਕੱਲ੍ਹ ਖੋਇਆ ਹੈ, ਵੀ ਉਹ 2 ਵਾਰੀ ਪਹਿਲਾਂ ਇਹਨਾਂ ਨੂੰ ਜੇਲ੍ਹ ਭੇਜਿਆ ਹੋਇਆ, ਵੀ ਪਰਚੇ ਦਰਜ ਹੈ ਉਹ 'ਤੇ 2 ਵਾਰੀ, ਵਾਰ ਵਾਰ ਇਸ ਤਰ੍ਹਾਂ ਕਰੂਗਾ ਤਾਂ ਉਹਦਾ ਤਾਂ ਹੌਸਲਾ ਵਧੂਗਾ, ਇਹਦੇ ਕੋਈ ਵਧੀਆ
ਐਕਸ਼ਨ ਲੈ ਕੇ ਕਿਰਚ ਬਾਕੀ ਤੋਂ ਕਿਰਚ ਫਿੜ ਗਈ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸੰਬੰਧੀ ਸ਼ਹਿਰੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੋਬਾਈਲ ਚੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ PBC ਨਿਊਜ਼ ਲਈ ਬਿਊਰੋ ਰਿਪੋਰਟ।